ਹੋਊਗਾ ਇਹ ਜਿਹੜੀ ਅਪੋਰਚੁਨਿਟੀ ਅਪਰੋਚ ਕਰਨ ਵਾਸਤੇ ਜਿਨ੍ਹਾਂ ਵੀਰਾਂ ਦਾ ਵੱਡਾ ਯੋਗਦਾਨ ਸਾਰਿਆਂ ਭਰਾਵਾਂ ਦਾ ਦਿਲੋਂ ਧੰਨਵਾਦ ਗੇਮ ਭਾਈ ਕੈਮਰੇ ਦੇ ਸਾਹਮਣੇ ਜੋ ਟੀਮ ਹੈ ਉਹ ਦਾਨਵੀਰ ਇੰਦਰੀ ਹੈ ਜਿਸਮੇ ਅੰਕਿਤ ਖੇਰਿਆ ਪਤਰੇੜੀ ਵਾਲਾ ਨੈਟ ਕੇ ਪਰਲੀ ਤਰਫ ਟੀਮ ਹੈ ਯੂਪੀ ਸ਼ਾਸਤਰੀ ਕੀ ਜਿਸਮੇ ਸੇਰੂਡਾ ਪਾ ਗਿਆ ਨੰਬਰ 'ਚ ਹੋ ਗਿਆ ਮੇਰੇ ਮੈਚ ਸਟਾਰ ਜੀ ਓਕੇ ਬਈ ਸ਼ੁਕਰੀਆ ਇੱਕ ਇੱਕ ਸ਼ੇਅਰ ਕਰਦੇ ਚੱਲਾਂਗੇ ਸਭੀ ਭਾਈ ਅਸੀਂ ਰਿਕੁਐਸਟ ਰਹੇਗੀ ਵੀ ਛੋਟੂ ਮਾਜਰਾ ਨਹੀਂ ਆਇਆ ਭਾਈ ਅਨਿਲ ਇੱਕ ਇੱਕ ਸ਼ੇਅਰ ਕਰ ਦਿਓ ਅਨਿਲ ਭਾਈ ਤਕੜੀ ਟੱਕਰ ਚੱਲੇਗੀ ਭਾਈ ਖੇੜੀ ਮਾਨਸੀ ਟੀਮ ਅੰਕੀ ਧੂਮ ਸੀ ਸ਼ਾਰਗੀ ਦੀ ਭਾਈ ਰਾਜੇਸ਼ ਖੇਰਿਆ ਦਾ ਕੋਰਗੜ ਕੀ ਟੀਮ ਮੈਂ ਤੁਹਾਰ ਕੀ ਅੰਕੀ ਧੂਮ ਸੀ ਸੇ ਬਾਕੀ ਸੀਲਾ ਖੇੜੀ ਮਾਨਸੀ ਟੀਮ ਤੀਸਰੇ ਰਾਊਂਡ ਮੈਂ ਭਾਈ ਲਵ ਜਨੇਸਰੋ ਯੂਕੇ ਸੇ ਆ ਭਾਈ ਆਪਣੇ ਭਾਈ ਨੇ ਦੁਬਾਰਾ ਸੇ ਫਿਰ 50 ਸਟਾਰ ਭੇਜਿਆ ਭਾਈ ਦਾ ਬਹੁਤ ਬਹੁਤ ਧੰਨਵਾਦ ਭਾਈ ਤੇ ਸਾਡੇ ਵੀਰ ਵਿਨੈ ਬਾਂਕੁਰਾ ਜੀ ਦਾ ਬਹੁਤ ਬਹੁਤ ਧੰਨਵਾਦ ਲਾੜਵਾ ਇਮੀਗ੍ਰੇਸ਼ਨ ਵਿਨੈ ਬਾਂਕੁਰਾ ਜੀ ਅੱਜ ਦੇ ਮੈਚ ਨੂੰ ਚੌਥਾ ਬੜੀਆ ਬਾਲ ਹੈ ਢਾਬਾਲਾ ਸੇਰੂ ਬੜੀ ਬਾਲ ਹੈ ਲਾੜਵਾ ਇਮੀਗ੍ਰੇਸ਼ਨ ਵੀਰ ਸੁਖਮ ਉਡਾਣਾ ਜੀ ਦਾ ਵੀਜ਼ਾ ਮਾਸਟਰ ਲਾੜਵਾ ਕਰਤੋ ਕਰਤੇ ਇੱਕ ਸ਼ੇਅਰ ਕਰਤੋ ਸੋਈ ਭਾਈ ਜੋ ਭਾਈ ਲਾਈਵ ਦੇਖ ਰਿਹਾ ਇੱਕ ਸ਼ੇਅਰ ਕਰਦੇ ਭਾਈ ਆਪਣੇ ਸੈਂਟਰ ਲਾੜਵਾ ਦਾ ਵੀਜ਼ਾ ਮਾਸਟਰ ਲਾੜਵਾ ਦਾ ਇੰਸਟਾਗ੍ਰਾਮ ਤੇ ਇੱਕ ਹੋਰ ਬਾਲ ਮਾਰ ਗਿਆ ਢਾਬਾਲਾ ਸੇਰੂ ਫੋਲੋ ਕਰ ਲਓ ਤੇ ਉੱਥੇ ਆਪ ਨੂੰ ਬਾਹਰ ਜਾਣ ਦੀ ਇਨਫੋਰਮੇਸ਼ਨ ਮਿਲਦੀ ਰਹਿਣਗੀ ਦਾ ਵੀਜ਼ਾ ਮਾਸਟਰ ਲਾੜਵਾ ਇੰਸਟਾਗ੍ਰਾਮ ਤੇ ਪੇਜ ਹੈ ਵੀਰ ਦਾ ਭਾਈ ਬੜੀਆ ਭਾਈ ਗੌਰਵ ਰਾਣਾ ਮੁਜ਼ੱਫਰਨਗਰ ਸੱਜਣ ਵੀਰੇ ਆਪਾਂ ਭਾਈ ਦਾ ਸਨਮਾਨ ਵੀ ਕਰਨਾ ਸੀਗਾ ਭੀਮ ਦਾ ਹੁਣ ਵੀ ਕਰਦੇ ਨੇ ਜਾਂ ਇਸ ਤੋਂ ਬਾਅਦ ਕਰਨਾ ਬੜੀਆ ਬੜੀਆ ਬਹੁਤ ਬੜੀਆ ਕਿਆ ਨਾਮ ਹੈ ਪ੍ਰੇਮ ਭਾਈ ਕਸਕਾ ਨਾਮ ਕਿਆ ਭਾਈ ਦਾ ਕਿਆ ਬਤਾਇਆ ਯੁਧਿਸ਼ਠਰ ਆ ਗਏ ਜੱਸਾ ਆਇਆ ਹੋਇਆ ਲੇਕਿਨ ਖੇਲ ਲੈਂਦੇ ਕਿਸੇ ਟੀਮ ਮੈਂ ਬਈ ਟੋਡਰ ਪਰ ਕਾ ਮੈਚ ਚਲੋ ਹੋਇਆ ਖੁਰਦੀ ਕੇ ਸਾਥ ਬਈ ਦੋ ਨੰਬਰ ਗਰਾਊਂਡ ਪੇ ਬੜੀਆ ਬਾਲ ਹੈ ਪ੍ਰੇਮ ਇੰਦਰੀ ਕੀ ਤਕੜੀ ਬਾਲ ਹੈ ਬਾਈ ਖੁਰਦੀ ਜੀਤ ਗਈ ਉਸਨੂੰ ਖੁਰਦੀ ਕੀ ਟੀਮ ਜੀਤ ਗਿਆ ਬਾਈ ਜੋ ਟੋਡਰ ਪਰ ਔਰ ਖੁਰਦੀ ਕੇ ਬੀਚ ਮੈਚ ਚਲਾ ਹੋਇਆ ਮੈਂ ਖੁਰਦੀ ਕੀ ਟੀਮ ਜੀਤ ਗਿਆ ਬਾਈ ਬਰਾਬਰ ਦੋ ਕਾ ਸਕੋਰ ਹੋ ਚਲਾ ਸ਼ਾਇਦ ਬਈ ਇੱਕ ਇੱਕ ਸ਼ੇਅਰ ਕਰਤੇ ਚੱਲਾਂਗੇ ਸਭੀ 200 ਬੰਦਾ ਕਰਨਾ 110 ਕੇ ਲਗਭਗ ਹੋ ਚੁੱਕਾ ਬਈ ਆਊਟ ਬਾਲ ਦਾ ਵੀਜ਼ਾ ਮਾਸਟਰ ਲਾ ਬਰਾਬਰ ਦੋ ਕਾ ਸਕੋਰ ਹੈ ਬਈ ਸ਼੍ਰੀਕਾਂਤ ਤਿਆਗੀ ਇੱਕ ਇੱਕ ਸ਼ੇਅਰ ਕਰਤੇ ਚੱਲਾਂਗੇ ਬਾਈ ਆਰੀਆ ਨਗਰ ਕੁੰਡੀ ਸੇ ਆ ਬਾਈ ਆਪਣੇ ਬੀਜੀ ਨੂੰ ਅਪਲਾਈ ਕਰਨ ਦੇ ਲਈ ਬੀਜੀ ਨੂੰ ਪ੍ਰਾਪਤ ਕਰਨ ਦੇ ਲਈ ਬੀਜੀ ਦੀਆਂ ਬਹੁਤ ਸਾਰੀਆਂ ਇਨਫੋਰਮੇਸ਼ਨ ਭਰਾ ਹੋਣੀ ਪ੍ਰੋਵਾਈਡ ਕਰਵਾਉਂਦੇ ਰਹਿੰਦੇ ਆ ਉਹ ਬੱਟੇ ਤੁਸੀਂ ਪੇਜ ਵੀ ਇੰਸਟਾਗ੍ਰਾਮ ਤੇ ਜ਼ਰੂਰ ਫੋਲੋ ਕਰ ਲਿਓ ਦਾ ਵੀਜ਼ਾ ਇਸ ਦਾ ਕੀ ਨਾਮ ਆ ਪ੍ਰੇਮ ਜਿੱਥੇ ਵੀਰਾਂ ਦਾ ਪੇਜ ਹੈਗਾ ਇੰਸਟਾਗ੍ਰਾਮ ਤੇ ਜਿੱਥੇ ਬਿਲਕੁਲ ਫਰੀ ਆਫ ਕੋਸਟ ਜਿਹੜੀਆਂ ਵੀਜ਼ੇ ਦੀਆਂ ਜਾਣਕਾਰੀਆਂ ਉਹ ਪ੍ਰੋਵਾਈਡ ਕਰਾਉਂਦੇ ਆ ਸਾਡੀ ਟੋਟਰ ਪਰ ਕੀ ਟੀਮ ਮਾਰ ਗਈ ਰਾਹੁਲ ਖੁਰਦੀ ਸੇ ਬਈ ਧੰਨਵਾਦ ਕਰਦੇ ਆ ਦਾ ਵੀਜ਼ਾ ਮਾਸਟਰ ਲਾੜਵਾ ਤੇ ਨਾਲ ਸਾਡੇ ਵੀਰ ਸੁਭਮ ਜੀ ਉਡਾਣਾ ਜਿਨ੍ਹਾਂ ਨੇ ਆ ਵੱਡਾ ਟੂਰਨਾਮੈਂਟ ਆਪਾਂ ਕਹਿੰਦੇ ਵੀ ਸਪਾਂਸਰ ਕੀਤਾ
ਉਧਰ 4 ਨੰਬਰ ਗਰਾਊਂਡ ਦੇ ਵਿੱਚ ਇੱਕ ਬਹੁਤ ਤਕੜੇ ਮੈਚ ਦੀ ਜਿਹੜੀ ਸ਼ੁਰੂਆਤ ਆਹ ਮੈਂ ਤੱਕਦਾ ਖੇਡਦੇ ਗਰਾਊਂਡ ਦੇ ਵਿੱਚ ਹੋ ਗਈ ਹੈ। ਇੱਕ ਪਾਸੇ ਜਿਹੜੀ ਟੀਮ ਆ ਆਹ ਕਹਿੰਦੇ ਯੂਪੀ ਆ ਸ਼ਾਸਤਰੀ ਵਾਲੇ ਮੁੰਡੇ ਆ ਗਏ ਆ ਤੇ ਦੂਜੇ ਪਾਸੇ ਆਹ ਦੇਖੋ ਭਲਾ ਨਿਗਾ ਮਾਰ ਕੇ ਟੀਮ ਕਹਿੰਦੇ ਇੰਦਰੀ ਦੀ ਆ ਗਈ ਆ। ਇੱਕ ਇੰਦਰੀ ਆਪਣੇ ਕਰਨਾਲ ਵਾਲੇ ਆ ਪਰ ਆਹ ਇੰਦਰੀ ਜਿਹੜੀ ਜਿੱਥੋਂ ਆਹ ਟੀਮ ਕਰਕੇ ਆਈ ਆ ਇਹ ਮਵਾਤ ਮੇਰੇ ਹਿਸਾਬ ਨਾਲ ਮੇਰਾ ਪੈਂਦਾ ਇਹ ਦਿੱਲੀ ਤੋਂ ਪਾਰ ਕਰਕੇ ਆਏ ਆ ਜਿਹੜਾ ਇਹ ਇੰਦਰੀ ਆ ਇਹ ਮਵਾਤ ਡਿਸਟ੍ਰਿਕਟ ਤੋਂ ਚੱਲ ਕੇ ਆ ਆਹ ਸਾਹਮਣੇ ਇੱਕ ਵੱਡੀ ਟੀਮ ਤਿਆਰ ਕਰਕੇ ਲੈ ਗਏ ਆ ਇੱਕ ਵੱਡੀ ਟੱਕਰ ਦੀ ਮੈਚ ਵਧੀਆ ਬਾਈ ਗੌਰਵ ਰਾਣਾ ਮੁਜ਼ੱਫਰਨਗਰ ਸਚਿਨ ਭਾਰਦਵਾਜ ਅੰਕਿਤ ਖੇਲ ਰਿਹਾ ਦਾਨਵੀਰ ਇੰਦਰੀ ਕੀ ਟੀਮ ਮੈਂ ਬਾਈ ਸੈਂਟਰ ਮੈਂ ਕੈਮਰੇ ਕੇ ਸਾਹਮਣੇ ਉਹ ਕਰਾ ਦੇਗੇ ਜੈਸੇ ਮੈਚ ਹੋਏਗਾ ਸੀਲਾ ਖੇੜੀ ਮਾਨ ਸਿੰਘ ਤੋਂ ਕਰਾ ਦੇਗੇ ਬਾਈ ਚੌਧਰੀ ਤੋਮਰ ਬੜੀਆ ਬਾਲ ਹੈ ਸ਼ਾਸਤਰੀ ਵਾਲੇ ਯੂਪੀ ਕੀ ਬਾਈ ਯੂਪੀ ਵਾਲੇ ਸ਼ਾਸਤਰੀ ਕੀ ਲੰਗਰ ਜੇ ਕਿਸੇ ਭਰਾ ਨੇ ਨਹੀਂ ਛਕਿਆ ਰੋਟੀ ਨਹੀਂ ਖਾਈ ਖਾਣਾ ਨਹੀਂ ਖਾਇਆ ਤੇ ਉਧਰ ਸਾਡੇ ਵੀਰ ਕਹਿੰਦੇ ਵੀ ਖਾਣਾ ਬਿਲਕੁਲ ਤਿਆਰ ਆ ਜਾ ਕੇ ਖਾਣਾ ਖਾ ਲਈਏ ਕਿਉਂਕਿ ਉਸ ਤੋਂ ਬਾਅਦ ਜਿਹੜੇ ਸੇਵਾਦਾਰ ਭਰਾ ਇਹਨਾਂ ਨੇ ਵੀ ਸੋਣਾ ਹੈਗਾ ਇਹ ਮੇਰੀ ਬੇਨਤੀ ਹੈ ਜਿਨ੍ਹਾਂ ਵੀਰਾਂ ਨੇ ਖਾਣਾ ਲੰਗਰ ਨਹੀਂ ਯਹਾਂ ਖੜੋ ਮੇਰੇ ਅੱਗਾ ਪਰਨਾ ਡਲੇ ਹੀ ਅੱਗਾ ਬਲਗੀ ਦੇਖ ਲੈ ਹੈਲੋ ਬਾਈ ਜੀ ਇੱਕ ਨੰਬਰ ਗਰਾਊਂਡ ਦੇ ਵਿੱਚ ਟੀਮਾਂ ਵੀਰੇ ਜਹਾਨਪੁਰ ਤੇ ਯੂਪੀ ਉੱਚਾ ਗਾਓ ਤੇ 2 ਨੰਬਰ ਗਰਾਊਂਡ ਦੇ ਵਿੱਚ ਤੇ 3 ਨੰਬਰ ਗਰਾਊਂਡ ਦੇ ਵਿੱਚ ਟੀਮਾਂ ਇਸ ਤੋਂ ਬਾਅਦ ਨਹੀਂ ਮਤਲਬ ਹੁਣੇ ਆਓ ਜੀ ਦਿਲਸ਼ਾਦ ਜਡਲਾਣਾ ਤੇ ਰਾਹੁਲ ਖੁਰਦੀ ਦੀ ਟੀਮ ਬਾਈ ਸਾਹਿਬ ਇੱਕ ਇੱਕ ਸ਼ੇਅਰ ਕਰਦੇ ਚੱਲਾਂਗੇ ਸਭੀ ਬਾਈ ਜਲਦੀ ਸੇ ਟੀਮਾਂ ਦੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਜਡਲਾਣਾ ਦਿਲਸ਼ਾਦ ਤੇ ਨਾਲ ਵੀ ਰਾਹੁਲ ਖੁਰਦੀ ਦੀ ਟੀਮ ਆ
ਰਾਹੁਲ ਖੁਰਦੀ ਤੇ ਜਡਲਾਣਾ ਦਿਲਸ਼ਾਹ ਦੀ ਟੀਮ ਰਹੀ। ਸ਼ੇਅਰ ਕਰਤੇ ਚੱਲੇਗੇ ਸਭੀ ਬਾਈ, ਬਹੁਤ ਬੜੀਆ ਮੈਚ। ਆਉਂਦਾ ਬਹੁਤ ਵੱਡਾ ਧੰਨਵਾਦ ਨਾਲ ਸਾਡੇ ਭਾਗ ਨੇ ਪਿਆਨਾ ਪਿੰਡ ਵਾਲੇ, ਬਹੁਤ ਵਧੀਆ ਜਿਹੜੀ ਪਿਆਰੀ ਵਾਰ ਇਹਨਾਂ ਗਰਾਊਂਡਾਂ ਨੂੰ ਬਖਸ਼ੀ ਆ ਤੇ ਮੈਚ ਵੀ ਚੋਟੀ ਦੇ ਆ। ਚਾਰ ਸਪੇਰੇ ਕੱਥ ਵੀ ਕਦੇ ਭਾਰੀ ਆ, ਅੱਜ ਕਦੇ ਉਡਾਣਾ ਦੀ ਆ, ਆਹ ਧਰਤੀ ਆ ਕਰਨਾਲ ਕਦੇ ਜ਼ਿਲ੍ਹਾ ਹਰਿਆਣਾ ਲਾਸਟ, ਤੇ ਉਸ ਤੋਂ ਬਾਅਦ ਫਿਰ ਆਹ ਯੂਪੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਟਾਰਟ ਹੋ ਜਾਂਦੀਆਂ। ਇੱਕ ਟੀਮ ਯੂਪੀ ਦੀ ਆ, ਇੱਕ ਟੀਮ ਤੱਕਦੇ ਆ, ਆਹ ਮੁੰਡੇ ਹਰਿਆਣੇ ਵਾਲੇ ਆ ਵੀ ਮੈਂ ਹਰਿਆਣੇ ਦਾ ਛੋਰਾ ਸੂ, ਆਹ ਪਿਆਰ ਕੀ ਹਾਮੀ ਭਰ ਲੂਗਾ, ਆ ਪਾਉ ਬੜੀ ਤੀਨ ਪਾਂਚ ਮਤ ਕਰੀਏ ਨਹੀਂ ਗੋਡਿਆਂ ਕੇ ਨੀਚੇ ਧਰ ਲੂਗਾ, ਆਹ ਪਾਉ ਬੜੀ ਤੀਨ ਪਾਂਚ ਮਤ ਕਰੀਏ। ਹਰਿਆਣੇ ਵਾਲੇ ਫਿੱਟ ਤੇ ਯੂਪੀ ਵਾਲੇ ਇਹ ਪੈਰਾਂ ਤੇ ਮਿੱਟੀ ਨਹੀਂ ਪੈਣ ਦਿੰਦੇ ਤੇ ਢਾਬਾ ਦਾ ਸ਼ੇਰੂ ਆਹ ਦੁਨੀਆਂ ਸੱਪ ਕਹਿੰਦੇ ਆਹ ਬੰਦੇ। ਵਾਹ ਸੁਣਿਆ ਯਾਰਾ ਯੂਪੀ ਵਾਲਾ, ਆਹ ਚੋਬਰ ਕਦੇ ਕਮਾਲ ਕਰ ਗਿਆ ਤੇ ਸ਼ਾਸਤਰੀ ਨੂੰ ਮੁੰਡੇ ਆਪਣਾ ਉਸਤਾਦ ਕਹਿੰਦੇ, ਗੁਰੂ ਕਹਿੰਦੇ ਆ ਵੀ ਗੁਰੂ ਬਿਨਾਂ ਚਾਹੁੰਦਿਆਂ ਗਿਆਨ ਹੁੰਦਾ ਨੀ, ਆਹ ਦੁਨੀਆਂ ਤੇ ਨਾ ਮਿਹਨਤ ਤੋਂ ਬਿਨਾਂ ਬੰਦਾ ਮਹਾਨ ਹੁੰਦਾ ਨੀ। ਦੂਜੇ ਪਾਸੇ ਗਲਤੀ ਆ, ਆਹ ਸ਼ੇਰੂ ਇੱਕ ਵੱਡੀ ਕਰ ਗਿਆ। ਨੰਬਰ ਬਾਈ ਜੀ ਉਧਰ ਕਿੰਨੇ ਹੋ ਗਏ ਆ ਕਿਉਂ ਦੱਸੋ ਜੀ, ਚਾਰ ਨੰਬਰ ਗਰਾਊਂਡ ਦੇ ਵਿੱਚ ਰਮਨ ਉਧਰ ਕਿੰਨੇ ਹੋ ਗਏ, ਇੱਕ ਮਿੰਟ
चार पांच हो गए प्रेम है। स्कोर बताना भाई स्कोर बराबर है पांच उधर इधर सात है उधर सात है इधर कितने हैं पांच है ना सात ते पांच सोलह का ही है ना मैच भाई सात पांच की टक्कर है भाई सतारा का ओके जी सात ते पांच नंबर की ए प्रेम है इंद्री वाला तकड़ी बॉल है प्रेम है जी ਹੁਣ ਕਦੇ ਕਮਾਲ ਗੱਡੀਆਂ ਨੰਬਰ ਲੱਗਦਾ ਅੱਠਵਾਂ ਜੁੜ ਗਿਆ ਅੱਠ ਹੋ ਗਏ ਨਾ ਬਾਈ ਜੀ ਅੱਠ ਹੋ ਗਏ ਅੱਠ ਦੇ ਪੰਜ ਰਹੀ ਹੈ ਅੱਠ ਦੇ ਪੰਜ ਨੰਬਰਾਂ ਦੀ ਟੱਕਰ ਉਧਰ ਹਰਿਆਣੇ ਵਾਲਿਆਂ ਨੇ ਕਿਹਾ ਦੀ ਨੰਬਰ ਅੱਠ ਹੈ ਤੇ ਪੰਜ ਜਿਹੜੇ ਨੰਬਰ ਆਹ ਮੇਰੇ ਪੱਠੋਂ ਕਦੇ ਫੁੱਟੀ ਦੀ ਹੈ ਆਹ ਟੀਮ ਦੇ ਆ ਪਰ ਸਾਹਮਣੇ ਹੈ ਉਧਰ ਗਲਤੀ ਆ ਗਲਤੀ ਗਲਤੀ ਰੈਫਰੀ ਦੇ ਫੈਸਲੇ ਜਿਹੜੇ ਕਰਨੇ ਆ ਬਾਈ ਜੀ ਰੈਫਰੀ ਦਾ ਫੈਸਲਾ ਅੰਤਿਮ ਆ ਰੈਫਰੀ ਦੇ ਨਾਲ ਕੋਈ ਖਿਡਾਰੀ ਕਿੰਤੂ ਪ੍ਰੰਤੂ ਨਾ ਕਰੇ ਮੇਰੀ ਬੇਨਤੀ ਆ ਰੈਫਰੀ ਦਾ ਫੈਸਲਾ ਜਿਹੜਾ ਅੰਤਿਮ ਤੇ ਸਰਵਮਾਨ ਹੈ ਜਿਹੜਾ ਮੰਨਣਾ ਪੈਣਾ ਰੈਫਰੀ ਦਾ ਫੈਸਲਾ ਨਹੀਂ ਲਗੀ ਭਾਸ਼ਾ ਨਹੀਂ ਆਹ ਟੀਮ ਕਿਹੜੀ ਹੈ ਜਹਾਨਪੁਰ ਦੀ ਟੀਮ ਆ ਆਓ ਯਾਰ ਭਾਵਣ ਕੇ ਉਲਟਾ ਗਾਓ ਜਹਾਨਪੁਰ ਦੀ ਟੀਮ ਆ ਗੋਪੀ ਉਧਰ ਟੀਮਾਂ ਆ ਗਈਆਂ ਦੋਨੇ ਚਾਰ ਨੰਬਰ ਗਰਾਊਂਡ ਦੇ ਵਿੱਚ ਆਪਾਂ ਇੱਕ ਨੰਬਰ ਗਰਾਊਂਡ ਦੇ ਵਿੱਚ ਸੋਰੀ ਇੱਧਰ ਵੀ ਆਪਾਂ ਮੈਚ ਕਰਵਾ ਦਈਏ ਦੋਨੇ ਟੀਮਾਂ ਉੱਚਾ ਗਾਓ ਤੇ ਜਹਾਨਪੁਰ ਦੀ ਟੀਮ ਆ ਤੇ ਉਧਰ ਤਿੰਨ ਨੰਬਰ ਗਰਾਊਂਡ ਦੇ ਵਿੱਚ ਇਸ ਤੋਂ ਬਾਅਦ ਜਿਹੜੀਆਂ ਟੀਮਾਂ ਆਉਣਗੀਆਂ ਮੇਰੀ ਬੇਨਤੀ ਆ ਇੱਕ ਨੰਬਰ ਫਾਈਟਰ ਸਟਾਰ ਦੇ ਨਾਮ ਤੇ ਰਵੀ ਜੀਤ ਗਿਆ ਸੈਕਿੰਡ ਰਾਊਂਡ ਭਾਈ ਥਰਡ ਰਾਊਂਡ ਪਹੁੰਚ ਗਿਆ ਰਵੀ ਭਾਈ ਰਵੀ ਖੇਰਿਆ ਜੀ ਤੀਤਰੋ ਵੀ ਟੀਮ ਹੈ ਬਾਈ ਆਠ ਪੰਜ ਨੌ ਪਤਾ ਪਾਉਣਾ ਚੇਂਜ ਹੋਇਆ ਨਾ ਕਮਾਲ ਕਰ ਗਿਆ ਨੌ ਤੇ ਨੰਬਰ ਲੱਗਦਾ ਪੰਜ ਯਾਰ ਢਾਬਾ ਵਾਲਿਆ ਬਹੁਤ ਦੂਰ ਦੀਆਂ ਬਾਟਾਂ ਨੇ ਸੋਹਣਿਆ ਯਾਰਾ ਔਰ ਢਾਬਾ ਵਾਲਿਆ ਕਾਬੂ ਹੋ ਗਿਆ ਸੋਹਣਿਆ ਯਾਰਾ ਵੀ ਕਾਬੂ ਫਿਰ ਇਹਨਾਂ ਨੇ ਕਰ ਲੈਣਾ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਪੜ ਕੇ
ਆਹ ਦਿਖਾ ਦੇ ਮੈਨੂੰ ਚੋਟੀ ਦਾ ਤੇ ਪਲੇਅਰ ਬਣ ਕੇ ਤੇ ਯਾਰ ਕਰੇ ਮੇਰੇ ਰਿਸ਼ਤੇਦਾਰ ਹੋਵੇ ਫਿਰ ਬੱਚਾ ਬੱਚਾ ਜਾਣਦਾ ਪੁੱਤ ਜਿੰਨਾ ਜਿੰਨਾ ਆਹ ਮਾਵਾਂ ਦੇ ਸਰਦਾਰ ਬਣਦੇ ਵੀ ਨਾਮ ਉੱਚਾ ਹੁੰਦਾ ਪੂਰੇ ਆਹ ਖਾਨਦਾਨ ਦਾ ਪੁੱਤ ਜਿੰਨਾ ਜਿੰਨਾ ਮਾਵਾਂ ਦੇ ਸਰਦਾਰ ਬਣਦੇ ਨਾਮ ਉੱਚਾ ਹੁੰਦਾ ਪੂਰੇ ਖਾਨਦਾਨ ਦਾ ਆਹ ਸਾਹਮਣੇ ਪੰਜਵੇਂ ਤੋਂ ਛੇਵਾਂ ਨੰਬਰ ਕੌਣ ਜੋੜਦਾ ਜਾਂ ਫੇਰ ਦੁਆਰੇ ਤੋਂ ਆਹ ਸਰਵਿਸ ਕਦੇ ਚੇਂਜ ਹੁੰਦੀ ਆ ਜਦ ਢਾਬਾ ਲਿਆ ਸਾਰੀ ਦੀ ਸਾਰੀ ਹੁਣ ਤੇਰੇ ਤੇ ਆ ਕੇ ਖੜ ਜਾ ਕਣਕ ਤੋਂ ਆਟਾ ਤੇ ਚੱਕੀ ਨੂੰ ਗੇੜਨਾ ਪੈਂਦਾ ਜੇ ਪੀਣਾ ਹੋਵੇ ਖੂਹਣਾ ਪੈਂਦਾ ਦੁੱਧ ਕੜ ਕੜ ਹੁੰਦਾ ਏ ਲਾਲ ਪਰ ਜੇ ਲੈਣੀ ਹੋਵੇ ਮੱਖਣੀ ਤੇ ਦੁੱਧ ਨੂੰ ਪਰੋਣਾ ਪੈਂਦਾ ਸੋਖਾ ਬਣਦਾ ਨੀ ਸਰਦਾਰ ਆਹ ਮਨ ਸਮਝਾਉਣਾ ਪੈਂਦਾ ਬਾਕੀ ਜਿਹੜੇ ਮਨ ਸਮਝਾਇਆ ਤੇ ਪਥੇਰੀ ਜਿਹੜਾ ਅੰਕਿਤ ਆ ਇਹਦੇ ਆਈ ਤੇ ਆਇਆ ਹੋਇਆ ਮੇਰੇ ਲੋਕੋ ਪਰ ਗਲਤੀ ਕੁੰਬੜੀ ਵਾਲਾ ਇੱਕ ਵੱਡੀ ਕਰ ਗਿਆ ਲੱਗਦਾ ਪੰਜ ਜਿਹੜੀ ਚੀਜ਼ ਆ ਪੰਜ ਤੇ ਦੱਸ ਉਧਰ ਹਰਸ ਸਾਡਾ ਭਰਾ ਕਦੇ ਸੁੱਕੀ ਵਾਲਾ ਵੱਡੀ ਜਿਹੜੇ ਐਲਾਨ ਕਰਾਉਂਦਾ ਜੇ ਪਥਰੇੜੀ ਵਾਲਾ ਅੰਕ ਦਾ ਮੈਚ ਜਿੱਤਦਾ ਫਿਰ ਪਈਆ ਕਦੇ 1100 ਦੇ ਆਪਾਂ ਸਨਮਾਨ ਉਧਰ ਹਰਸ ਸਾਡਾ ਭਰਾ ਕਦੇ ਜਾ ਵਸਿਆ ਯੂਕੇ ਦੀ ਧਰਤੀ ਤੇ ਹਾਂਜੀ ਜਾਟਲਾਨ ਗੁਜਲਾਨ ਗੁਰਸ਼ਾਨ ਦੀ ਟੀਮ ਤੇ ਨਾਲ ਮੇਰੀ ਬੇਨਤੀ ਆ ਖੋਦੀ ਰਾਹੁਲ ਵਾਲੇ ਮੁੰਡੇ ਵੀਰੇ ਕਿਉਂ ਨਹੀਂ ਆਉਂਦੇ ਯਾਰ ਆਓ ਯਾਰ ਭਰਾਵਣ ਕੇ ਜਲਦੀ ਦੇ ਨਾਲ ਜਗਲਾਨ ਗੁਲਸ਼ਾਨ ਰਾਹੁਲ ਖੁਰਦ ਦੀ ਟੀਮ ਨੂੰ ਲਾਸਟ 1 ਮਿੰਟ ਦਾ ਟਾਈਮ ਉਧਰ ਸਾਡਾ ਭਰਾ ਕਹਿੰਦਾ ਸੁਭਮ ਸ਼ਰਮਾ ਜਿਹੜਾ ਪਥਰੇੜੀ ਵਾਲਾ ਅੰਕਿਤ ਖੇਡਦਾ ਜੇ ਢਾਬਾ ਨੇ ਸ਼ੋਰੂ ਤੇ ਬਾਲ ਲਾ ਕੇ ਨੰਬਰ ਲੈਂਦਾ ਤੇ ਰੁਪਈਆ ਕਹਿੰਦੇ ਆਪਾਂ 500 ਪਥਰੇੜੀ ਵਾਲੇ ਅੰਕਿਤ ਨੂੰ ਦੇ ਦਾਂਗੇ ਤੇ ਨਾਲ ਸਾਡਾ ਭਰਾ ਕਹਿੰਦਾ ਹਰਸ ਆਹ ਯੂਕੇ ਵਾਲਾ ਜੇ ਪਥਰੇੜੀ ਵਾਲਾ ਅੰਕਿਤ ਆ ਮੈਚ ਜਿੱਤਦਾ ਆਹ ਰੁਪਈਆ ਕਹਿੰਦੇ 1100 ਦੇ ਦਿਆਂਗੇ ਤੇ 500 ਰੁਪਈਆ ਸੁਭਮ ਸਾਡੇ ਭਰਾ ਕਹਿੰਦੇ ਉਡਾਣੇ ਦਾ ਵੀਜ਼ਾ ਮਾਸਟਰ ਦੇ ਓਨਰ ਸਾਹਿਬ ਸੁਭਮ ਉਡਾਣਾ ਵੀ ਵੱਡੇ ਲਾਣ ਦੇ ਆਰਮੀ ਬਣ ਕੇ ਚੋਪਰ ਨੇ ਭੰਗੜੇ ਕਦੇ ਪਵਾਉਂਦੇ ਆ ਆਹ ਸਾਹਮਣੇ ਮੈਚ ਟਿਕਾਣਿਆ ਢਾਬਾ ਲਿਆ ਆਹ ਦੁਨੀਆਂ ਸ਼ੇਰੂ ਕਹਿੰਦੀ ਆ ਤੈਨੂੰ ਆ ਤੇਰਾ ਖੂਨ ਕਿਉਂ ਨੀ ਖੋਲਦਾ ਢਾਬਾ ਦਾ ਕੁਝ ਨਾ ਕੁਝ ਕਰ ਕਮਾਲ ਜੇ ਮੈਚ ਜਿੱਤਣਾ ਤੇ ਗੱਲਾਂ ਬਾਤਾਂ ਹੁਣ ਟਿਕਾਣੇ ਲਾਉਣੀਆਂ ਭਾਜੀਆਂ
ਭਾਈ ਜੀ ਜੰਡਲਾਨ ਦਿਲਸ਼ਾਦ ਨੂੰ ਲਾਸਟ ਵੀਰੇ 1 ਮਿੰਟ ਦਾ ਟਾਈਮ ਅਸੀਂ ਟੀਮ ਕੱਟਣ ਲੱਗ ਰਹੇ ਫਰੀ ਹੈ ਇਧਰ ਭਾਈ ਇਧਰ ਜਹਾਨਪੁਰ ਤੇ ਉੱਚਾ ਗਾਉਂ ਦੀ ਟੀਮ ਆਈ ਕਿਉਂ ਨਹੀਂ ਆਈ ਵੀਰੇ 1 ਨੰਬਰ ਗਰਾਊਂਡ ਦੇ ਵਿੱਚ ਵੀਰੇ ਰਵੀ ਦਾ ਮੈਚ ਰਸਤਾ ਭਾਈ ਹਸੀਨ ਚੌਹਾਨ ਅਸੀਂ ਵੀਰੇ ਦੋਨੇ ਟੀਮਾਂ ਕੱਟਣ ਲੱਗੇ ਆ ਜਹਾਨਪੁਰ ਪੁਆਇੰਟ ਭਾਈ ਸ਼ਾਇਦ 11 ਕੇ ਲਗਭਗ ਹੋ ਚੁੱਕੇ ਹਨ 13 ਉਹ ਛੋਟੂ ਹੋਰ ਬੜੀਆ ਲੱਗਦਾ ਮੈਚ ਬੜੀਆ ਲੱਗਦਾ ਹੈਲੋ ਭਾਈ ਜੀ ਅਮਨ ਸਦਾ ਵੀਰ ਜਿੱਥੇ ਬਾਲ ਸੁਣਦਾ ਅਮਨ ਕਮਾਣਾ ਭਾਈ ਲਾਈਟ ਵਾਲਾ ਪੋਲ ਦੇ ਗਿਆ ਧਿਆਨ ਕੇ ਆਪਾਂ ਪੋਲ ਵੀ ਸਹੀ ਦਾ ਦੀ ਅਮਨ ਸਦਾ ਵੀਰ ਅਮਨ ਕਮਾਣਾ ਜਿੱਥੇ ਆਵਾਜ਼ ਸੁਣਦਾ ਬਾਈ ਲਾਈਟ ਵਾਲਾ ਬੋਲ ਦੇ ਕੇ ਆਪਾਂ ਲਾਈਟ ਵਾਲਾ ਦੀ ਪਲੀਜ਼ ਮੇਰੀ ਬੇਨਤੀ ਆ ਭਰਾ ਨੂੰ ਕਮਾਣੇ ਵਾਲਾ ਵੀਰ ਜਿੱਥੇ ਆਵਾਜ਼ ਸੁਣਦਾ ਬਾਈ ਲਾਈਟ ਵਾਲਾ ਬੋਲ ਦੇ ਕੇ ਅਮਨ ਵੀਰ ਅਮਨ ਭਰਾ ਨੂੰ ਮੇਰੀ ਬੇਨਤੀ ਹੈ ਤੇ ਲਾਈਟ ਵਾਲਾ ਬੋਲ ਦੇ ਕੇ ਪਲੀਜ਼ ਆਪਾਂ ਸੱਚੇ ਪਾਤਸ਼ਾਹ ਪਰਮਾਤਮਾ ਅੱਗੇ ਮਿਹਰ ਕਰਦੇ ਹਾਂ ਜਿੰਨਾ ਭਰਾ ਹੋਰ ਇਸ ਬਾਲ ਕੇ ਬਾਅਦ ਬਤਾਏਗੇ ਭਾਈ ਜਿਸ ਤਰ੍ਹਾਂ ਮਾਵਾਂ ਦੇ ਪੁੱਤ ਹੱਸਦੇ ਖੇਡਦੇ ਆਏ ਸੀਗੇ ਉਸੇ ਤਰ੍ਹਾਂ ਆਪਣੇ ਘਰੇ ਵਾਪਸ ਜਾਣ ਕਿਉਂਕਿ ਮਾਵਾਂ ਨੂੰ ਵੀ ਬਹੁਤ ਫਿਕਰ ਹੁੰਦਾ ਹੈ ਬੜੀਆ ਬਾਲ ਹੈ ਭਾਈ ਲਵ ਕੁਛ ਡੋਂਕੀ ਭਾਈ ਇਹ ਟੀਮਾਂ ਕਿਉਂ ਨਹੀਂ ਆ ਰਹੀਆਂ ਵੀਰੇ ਜਗਲਾਨ ਇੱਕ ਬੋਲਦੇ ਜਗਲਾਨ ਦੀ ਟੀਮ ਆਓ ਯਾਰ ਵੀਰੇ 3 ਨੰਬਰ ਗਰਾਊਂਡ ਦੇ ਵਿੱਚ ਲਾਈਟ ਵਾਲਾ ਬੋਲ ਆਪਣੇ ਵੀਰੇ ਕਿੱਥੇ ਆਏ ਆਪਾਂ ਨੂੰ ਕਮਾਉਣਾ ਵੀਰੇ ਲਾਈਟ ਵਾਲਾ ਬੋਲ ਆਪਾਂ ਲਾਈਏ ਮੇਰੀ ਬੇਨਤੀ ਆ ਅਮਨ ਭਰਾ ਨੂੰ ਮੇਰੀ ਬੇਨਤੀ ਵੀ ਗੱਡੀ 'ਚ ਸੁੱਤੇ ਹੁੰਦੇ ਆ ਜਾ ਕੇ ਉੱਧਰੋਂ ਉੱਥੇ ਬੋਲ ਜਾ ਕੇ ਉਹਨੂੰ ਸੱਦ ਲਿਓ ਬਾਈ ਬਾਲ ਓਏ ਸ਼ਾਸਤਰੀ ਤਕੜੀ ਬਾਲ ਆ ਬਾਈ ਹੋਰ 6 ਪੁਆਇੰਟ ਗਏ ਸੀ ਸ਼ਾਸਤਰੀ ਔਰ 12 ਪਤਾ ਨਹੀਂ 13 ਪੁਆਇੰਟ ਅੰਕਿਤ ਪਧਰੇੜੀ ਗਿਆ ਬਾਈ ਮੈਂ ਲੈ ਕੇ ਬਾਤ ਕਰਦਾ
ਸਕੋਰ ਬਤਾਏਗਾ ਭਾਈ ਦੀਕਸ਼ੀ ਦੀ, ਇੱਕ ਇੱਕ ਸ਼ੇਅਰ ਕਰਦੇ ਚਲੇਗਾ ਜੋ ਭਾਈ ਲਾਈਵ ਅਭੀ ਜੁੜੇ ਹੈ, ਇੱਕ ਇੱਕ ਸ਼ੇਅਰ ਕਰ ਦੇਗਾ ਭਾਈ। ਸਕੋਰ ਕਿਆ ਗਾ ਭਾਈ ਸਕੋਰ? 7-12 ਜੀ, 7-12 ਕਾ ਸਕੋਰ ਹੈ ਭਾਈ। 7 ਯੂਪੀ ਸ਼ਾਸਤਰੀ ਔਰ 12 ਅੰਕਿਤ ਪਦਰੇੜੀ ਭਾਈ, 17 ਪੁਆਇੰਟ ਗੇਮ ਹੈ ਭਾਈ। ਸਾਤ 12 ਕਾ ਸਕੋਰ ਹੈ ਭਾਈ। 7 ਯੂਪੀ ਸ਼ਾਸਤਰੀ ਔਰ 12 ਅੰਕਿਤ ਪਦਰੇੜੀ ਭਾਈ। ਛੋਟੂ ਮਾਜਰਾ ਨਹੀਂ ਆਇਆ ਇਸ ਟੂਰਨਾਮੈਂਟ ਮੇ ਭਾਈ। ਹੈਲੋ ਭਾਈ, ਉੱਚਾ ਕੰਮ ਆਪਣੇ ਕੰਮ ਜਹਾਨਪੁਰ ਕੇ ਨਹੀਂ ਆਏ ਜੀ, ਰੈਫਰੀ ਨਹੀਂ। ਆਊਟ ਬਾਲ 12-7 ਤੇ ਰੋਕੀ ਜਹਿਰਾ, ਫਿਰ ਸਰਵਿਸ ਚੇਂਜ ਆ ਭਾਈ। ਰੋਕੀ ਜਹਿਰਾ ਪੁਰਸ਼ ਦਾ ਭਾਈ ਮੈਚ ਹੈ, ਇੱਕ ਨੰਬਰ ਗਰਾਊਂਡ। ਹੈਲੋ ਗੋਪੀ ਵੀਰੇ, ਇੱਕ ਚ ਮੈਚ ਕਰਾਓ ਯਾਰ ਵੀਰੇ। ਜਹਾਨਪੁਰ ਦੀ ਟੀਮ ਵੀ ਆ ਗਈ ਹੈ, ਲੱਗਦਾ ਉੱਚਾ ਗਾਉਣ ਦੀ ਟੀਮ ਵੀ ਆ ਗਈ ਹੈ। ਵਾਹ ਵਾਹ ਅੰਕਿਤ,
ਬਾਜੀ ਖੁਰਦੀ ਦੀ ਆ ਗਈ ਉਹਦੇ ਖਿਲਾੜੀ ਸਾਰੇ ਨਹੀਂ ਆਏ ਅਭੀ ਤੱਕ ਬਾਜੀ ਜਗਲਾਲ ਦੀ ਟੀਮ ਆ ਗਈ ਅਗਲੇ ਰਾਹੁਲ ਖੁਰਦੀ ਟੀਮ ਨੂੰ ਲਾਸਟ ਕਾਲਾ ਭਰਾਵਣ ਕਿਹਾ ਹੋ ਯਾਰ ਜਲਦੀ ਦੇ ਨਾਲ ਬੜੀਆ ਵਾਲ ਹੈ ਸਿਰ ਉਡਾ ਬਾਈ 13-7 ਪੇ ਫਿਰ ਸਰਵਿਸ ਚੇਂਜ ਹੈ ਬਾਈ ਇੱਕ ਨੰਬਰ ਗਰਾਊਂਡ ਦੇ ਵਿੱਚ ਵੀਰੇ ਰੈਫਰੀ ਐਂਡ ਗੋਪੀ ਆ ਗਿਆ ਵੀਰੇ ਗੋਪੀ ਸੋਹਣਿਆ ਜਿਹੜਾ ਮਾਰ ਵੀ ਸਿਰ ਕਰਾਮ ਮੈਚ ਸਟਾਰਟ ਬਾਈ ਦੋਨੇ ਟੀਮਾਂ ਦੇ ਖਿਡਾਰੀ ਆ ਗਏ ਨਾ ਉਧਰ ਗਰਾਊਂਡ ਦੇ ਮੈਚ ਸਟਾਰਟ ਸਹਾਰਨਪੁਰ ਕੀ ਟੀਮ ਨਹੀਂ ਆਈ ਹੈ ਬਾਈ ਕੋਈ ਵੀ ਟੀਮ ਜੀਤ ਸਕਦੀ ਹੈ ਬਾਈ ਜਸਵਿੰਦਰ ਕੋਈ ਪੱਕਾ ਨਹੀਂ ਹੈ ਕਿਉਂਕਿ ਦੋਨੋਂ ਟੀਮਾਂ ਬਰਾਬਰ ਗਈਆਂ ਬਾਕੀ ਕਾਫੀ ਲੀਡ ਹੋ ਗਿਆ ਅੰਕਿਤ ਪਤਰੇੜੀ ਕੀ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜਸਤਿੰਦਰ ਸਿੰਘ ਗਿੱਲ ਰਾਵਾ ਸਿੰਘ ਭਾਈ ਆਪਣੇ ਹਰ ਸਾਲ ਬੜੀਆ ਟੂਰਨਾਮੈਂਟ ਕਰਵਾਉਂਦੇ ਹਾਂ ਲੇਕਿਨ ਸ਼ੇਅਰ ਕੀਆ ਭਾਈ ਨੇ ਸਪੈਸ਼ਲ ਥੈਂਕ ਭਾਈ ਹੈਲੋ ਭਾਈ ਜਟਲਾਣਾ ਦੇ ਖਿਡਾਰੀ ਵੀਰੇ ਜਿਹੜੇ ਰਹਿ ਗਏ ਆ ਤੁਸੀਂ ਜਟਲਾਣਾ ਦੇ ਸਾਰੇ ਆ ਗਏ ਨਾ ਕਰੋ ਯਾਰ ਸਟਾਰਟ ਭਰਾਵਣ ਕੇ ਫਿਰ ਰਮਨ ਵੀਰੇ ਪੋਲ ਸੈੱਟ ਕਰਦੇ ਭਾਈ ਆਊਟ ਬਾਲ ਹੈ ਬਾਈ ਹੈਲੋ ਟੌਸ ਹੋ ਗਿਆ ਬਾਈ ਇੱਧਰ ਭੀਮ ਬਾਈ ਟੌਸ ਹੋ ਗਿਆ ਤੁਹਾਡਾ ਟੌਸ ਕਰ ਲਓ ਕੋਈ ਨਹੀਂ ਆਜੂ ਮੈਂ ਆਪਣੇ ਆਪ ਫੋਨ ਕਰ ਦੂੰਗਾ ਤੁਹਾਨੂੰ
ਟੋਟਰ ਪ੍ਰਿਕੀ ਟੀਮ ਗੁਰਦੀ ਸਹਾਰ ਗਈ ਭਾਈ ਪਾਰਸ ਤਸੀਮ ਗੁੱਜਰ ਗੇਮ ਪੁਆਇੰਟ ਹੈਗਾ ਸਾਰਾ ਗੇਮ ਪੁਆਇੰਟ ਅੰਕਿਤ ਪਤਰੇੜੀ ਕਾ ਬਾਈ ਹੋਰ 202 ਬੰਦੇ ਜੁੜ ਗਏ ਲਾਈਵ ਬਹੁਤ ਬਹੁਤ ਧੰਨਵਾਦ ਸਭੀ ਭਾਈਓ ਕਾ ਜੋ ਇਤਨਾ ਪਿਆਰ ਦੇ ਰਹੇ ਸਭੀ ਭਾਈ ਅੰਕਿਤ ਪਧਰੇੜੀ ਕੀ ਟੀਮ ਜੀਤ ਗਈ ਹੈ ਭਾਈ ਯੂਪੀ।